ਹੈਲੋ ਐਵਰੀਵਨ, ਅੱਜ ਹੈਗੀ 11 ਜੁਲਾਈ 2024 ਅਤੇ ਨਿਫਟੀ ਦੀ ਜਿਹੜੀ ਹੈਗੀ ਹੈ ਅੱਜ ਐਕਸਪਾਇਰੀ ਹੈਗੀ ਹੈ। ਔਰ ਤੁਹਾਨੂੰ ਨਿਫਟੀ ਦੇ ਵਿੱਚ ਆਪਸ਼ਨ ਦਾ ਥੋੜ੍ਹਾ ਜਿਹਾ ਅੱਜ ਦਿਖਾਉਂਦੇ ਕਿ ਟ੍ਰੈਪਿੰਗ ਕੀ ਚੱਲਦੀ ਹੁੰਦੀ ਆ। ਮੋਰਨਿੰਗ ਜਿਹੜੀ ਨਿਫਟੀ ਹੈਗੀ ਹੈ ਉਹ ਨੀਚੇ ਬ੍ਰੇਕ ਕੀਤਾ ਔਰ ਉਹਨੇ ਇੱਕ ਰੇਂਜ ਬਣਾਈ। ਰੇਂਜ ਆਉਣ ਤੋਂ ਬਾਅਦ ਇਹਨੇ ਜਿਹੜਾ ਹੈਗਾ ਆਹ ਇੱਕ ਬ੍ਰੇਕਆਊਟ ਦਿੱਤਾ ਜਿਹੜਾ ਕਿ ਫੇਕ ਬ੍ਰੇਕਆਊਟ ਸੀਗਾ। ਫੇਕ ਬ੍ਰੇਕਆਊਟ ਹੋਣ ਤੋਂ ਬਾਅਦ ਕੰਟਰੀ ਜਿਹੜੇ ਲੋਕਾਂ ਨੇ ਇੱਥੇ ਐਂਟਰੀ ਬਾਏ ਕੀਤੀ ਔਰ ਉਹਨਾਂ ਨਾਲ ਜਿਹੜੀ ਹੈਗੀ ਸਟੋਪ ਲੋਸ ਸੀਗੀ ਇੱਥੇ ਜਗ੍ਹਾ 'ਤੇ ਸਟੋਪ ਲੋਸ ਸੀ ਔਰ ਇੱਕ ਵੱਡੀ ਕੈਂਡਲ ਜਿਹੜੀ ਹੈਗੀ ਉਹ ਸਟੋਪ ਲੋਸ ਹੈਗੀ। ਪਰ ਜਿਹੜੀ ਸਾਡੀ ਐਂਟਰੀ ਆ ਆਹ ਵਾਲੀ ਸਪੋਰਟ ਨੂੰ ਦੇਖ ਕੇ ਅਸੀਂ ਇੱਥੋਂ ਐਂਟਰੀ ਲਿੱਤੀ ਬਾਏ ਦੀ ਔਰ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਸਾਡਾ ਜਿਹੜਾ ਟ੍ਰੇਡ ਹੈਗਾ ਉਹ ਕੀ ਚੱਲਦਾ ਪਿਆ ਨਿਫਟੀ ਦੇ ਵਿੱਚ। ਨਿਫਟੀ ਦੇ ਵਿੱਚ ਆਹ ਦੇਖੋ ਅਸੀਂ ਟ੍ਰੇਡ ਲਿੱਤਾ ਹੈਗਾ ਜਿਹਦੇ 'ਚ ਅਸੀਂ 75 ਦੀ ਕੁਆਂਟਿਟੀ ਬਾਏ ਕੀਤੀ ਹੈਗੀ ਹੈ 36 ਰੁਪਿਆਂ ਤੋਂ। ਉਹ ਜਿਹੜਾ ਪ੍ਰਾਈਸ ਚੱਲਦਾ ਪਿਆ ਉਹਦਾ ਹੁਣ 77 ਪ੍ਰਾਈਸ ਚੱਲਦਾ ਪਿਆ ਅਤੇ ਸਾਡੇ ਜਿਹੜਾ ਪ੍ਰੋਫਿਟ ਹੈਗਾ ਉਹ 2,803,000 ਦੇ ਕਰੀਬ ਚੱਲਦਾ ਪਿਆ। ਅਤੇ ਅਸੀਂ ਮੋਸਟਲੀ ਸਾਡਾ ਜਿਹੜਾ ਟਾਰਗੇਟ ਲਾਸਟ ਮੰਥ ਹਿੱਟ ਹੋ ਹੀ ਗਿਆ ਹੈਗਾ ਅਤੇ ਹੁਣ ਅਸੀਂ ਕੀ ਕਰਾਂਗੇ ਇੱਥੇ ਆਪਣਾ ਜਿਹੜਾ ਹੈਗਾ ਉਹ ਆਪਣਾ ਜਿਹੜਾ ਹੈਗਾ ਪ੍ਰੋਫਿਟ ਬੁੱਕ ਕਰਾਂਗੇ। ਤਾਂ ਦੇਖੋ ਤੁਹਾਡੇ ਸਾਹਮਣੇ ਅਸੀਂ ਲਾਈਵ ਦੇ ਵਿੱਚ ਹੀ ਆਪਣਾ ਪ੍ਰੋਫਿਟ ਜਿਹੜਾ ਹੈਗਾ ਉਹ ਬੁੱਕ ਕਰ ਰਹੇ ਹੈਗੇ ਹੈ। ਲਓ ਜੀ ਇਹ ਸਾਡਾ ਪ੍ਰੋਫਿਟ ਬੁੱਕ ਹੋ ਗਿਆ ਅਤੇ ਹੁਣ ਤੁਸੀਂ ਦੇਖੋਗੇ ਜਿਹੜਾ ਅਸੀਂ ਪ੍ਰੋਫਿਟ ਜਿਹੜਾ ਹੈਗਾ ਉਹ 2,500 ਰੁਪਈਸ ਦਾ ਇਹਦੇ ਵਿੱਚ ਨਿਫਟੀ ਦੇ ਵਿੱਚ ਗੇਨ ਕਰ ਰਿਹਾ ਹੈਗਾ ਜੀ। ਥੈਂਕ ਯੂ ਸੋ ਮਚ।